ਇਹਦਾ ਨਹੀਂ ਜੇ ਦਿਲ ਲੈ ਜਾਣ ਦਾ, ਉਹਦੀ ਕੋਈ ਸਲਾਹ ਨਹੀਂ ਚਕੋੜੀ ਚੜਨ ਦੀ। ਚੱਲ ਵੀ ਚੱਲ, ਇਹ ਸਾਰੇ ਇਹ 'ਚ ਪੂਰੇ ਹੋ ਜਾਣੇ, 20 ਆ ਜਾਣੇ ਇਹ 'ਚ। ਅੱਛਾ ਜੀ, ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। 9:30 ਦਾ ਟਾਈਮ ਆ, ਮੈਂ ਉੱਠ ਕੇ ਨਹਾ ਧੋ ਲਿਆ, ਤਿਆਰ ਹੋ ਲਿਆ, ਮੰਡੀ ਜਾਣਾ ਸੀਗਾ। ਮੰਡੀ ਜਾਣ ਤੋਂ ਪਹਿਲੇ ਤੋਤੇ ਨੂੰ ਕੱਢ ਕੇ ਬਾਹਰ ਲਿਆ ਵਾਂ, ਕੱਲ੍ਹ ਦੀ ਤੂੜੀ ਪਾਈ ਖਿਲ ਰਹੀ ਥੱਲੇ, ਤੋਤੇ ਆਪਣੇ ਉਸੇ ਹੀ ਜਗ੍ਹਾ 'ਤੇ ਨੇ ਹਲੇ ਤੱਕ। ਇਹਨਾਂ ਨੂੰ ਕੱਲ੍ਹ ਜਿਹੜਾ ਮੈਂ ਪਾਇਆ ਸੀ ਨਾ ਤੂੜੀ ਦੇ ਨਾਲ, ਉਹਨੇ ਕੱਢ ਕੇ ਸਾਰਾ ਬਾਹਰ ਸੁੱਟ ਛੱਡਿਆ ਚਿੜੀਆਂ ਨੇ। ਇਹਨੂੰ ਕੀ ਕਹਿੰਦੇ ਨੇ ਹੁਣ, ਮੈਨੂੰ ਇਹ ਪਤਾ ਨਹੀਂ, ਕੱਲ੍ਹ ਵੀ ਜ਼ਿਹਨ 'ਚੋਂ ਨਿਕਲ ਗਿਆ ਸੀ, ਰਾਤੀ ਬੈਠਿਆਂ ਨੂੰ ਯਾਦ ਆਇਆ, ਫਿਰ ਜ਼ਿਹਨ 'ਚੋਂ ਨਿਕਲ ਗਿਆ ਹੁਣ। ਬਹਰਹਾਲ ਜੋ ਵੀ ਆ, ਇਹਨਾਂ ਨੇ ਕੱਢ ਕੇ ਫਿਰ ਬਾਹਰ ਸੁੱਟ ਛੱਡੀ ਆ, ਅਤੇ ਤੋਤੇ ਨੂੰ ਵੀ ਹੁਣ ਕੱਢ ਕੇ ਬਾਹਰ ਲੈ ਚੱਲੀਏ, ਇਹਨੂੰ ਵੀ ਲੈ ਚੱਲੀਏ। ਅੱਜ ਮੇਰੀ ਸਲਾਹ ਵਾ, ਟੇਬਲ ਦੇ ਨਾਲ ਹੀ ਬਾਹਰ ਜਾ ਕੇ ਰੱਖ ਦਿੰਦਾ ਵਾ, ਕਿਉਂਕਿ ਕੱਲ੍ਹ ਇਹਨਾਂ ਨੂੰ ਥੱਲੇ ਰੱਖਿਆ ਸੀਗਾ ਅਤੇ ਉਹ ਕੀੜੇ ਚੜ੍ਹ ਗਏ ਸੀਗੇ। ਅੱਜ ਟੇਬਲ ਦੇ ਨਾਲ ਹੀ ਬਾਹਰ ਲੈ ਜਾਂਦਾ ਵਾਂ, ਮੁੜ ਕੇ ਸ਼ਾਮ ਨੂੰ ਜਦੋਂ ਮੰਡੀਆਂ ਵਾਪਸ ਆਵਾਂਗਾ, ਕਿੱਲ ਮੈਂ ਲੈ ਕੇ ਆਇਆ ਵਾਂ, ਥੋੜ੍ਹੀ ਵੀ ਘਰ ਪਈ ਆ, ਆ ਕੇ ਅਤੇ ਕਿੱਲ ਠੋਕ ਕੇ ਨਾ ਕੰਧ ਦੇ ਵਿੱਚ, ਅਤੇ ਇਹਨਾਂ ਦਾ ਫਿਰ ਪੱਕਾ ਪੱਕਾ ਉੱਥੇ ਇੰਤਜ਼ਾਮ ਕਰ ਦਿੰਦੇ ਹਾਂ। ਟੇਬਲ ਚੁੱਕ ਕੇ ਮੈਂ ਬਾਹਰ ਲੈ ਆਇਆ, ਪਰ ਇਹਨਾਂ ਨੇ ਗੰਦ ਬੜਾ ਪਾਇਆ, ਇਹਨਾਂ ਦੀ ਸਫਾਈ ਕਰ ਲਵਾਂ ਪਹਿਲੇ, ਸਫਾਈ ਕਰਕੇ ਨਾ ਅਤੇ ਫਿਰ ਇਹਨਾਂ ਨੂੰ ਇਹਨਾਂ ਦਾ ਪਾਣੀ ਛਾਣੀ ਪਾ ਕੇ, ਦਾਣਾ ਛਾਣਾ ਪਾ ਕੇ, ਅਤੇ ਫਿਰ ਤੋਤੇ ਨਾਲ ਜਿਹੜਾ ਗੱਪਸ਼ੱਪ ਮਾਰਦੇ ਹਾਂ। ਤੋਤੇ ਨੂੰ ਹੁਣ ਮੈਨੂੰ ਯਾਰ ਸਮਝ ਨਹੀਂ ਲੱਗਦੀ ਹੈ ਇਹਨੂੰ ਕਿਸ ਤਰ੍ਹਾਂ ਮੈਂ ਆਦਤ ਪਾਵਾਂ, ਮੈਂ ਇਹਨੂੰ ਹੱਥ ਵੀ ਨਹੀਂ ਲਾਉਂਦਾ ਕਿ ਡਰਦਾ ਬਹੁਤ ਆ, ਹੱਥ 'ਚ ਬੰਦੇ ਫੜ ਲੈਂਦੇ ਨਾ, ਮੈਂ ਫੜਦਾ ਵੀ ਨਹੀਂ ਗਾ ਕਿ ਡਰਦਾ ਬਹੁਤ ਆ, ਅਤੇ ਉੱਦਾਂ ਮੇਰੇ ਲਾਗੇ ਨਹੀਂ ਲੱਗਦਾ, ਗੱਲ ਵੀ ਨਹੀਂ ਸੁਣਦਾ। ਚਿੜੀਆਂ ਨੂੰ ਮਾਸ਼ਾਅੱਲਾ ਅੱਜ ਧਨੀਆ ਪਾਇਆ ਵਾ, ਧਨੀਆ ਖਾਣ ਦਈਆਂ ਨੇ, ਧਨੀਆ ਬੜੇ ਸ਼ੌਕ ਨਾਲ ਖਾਂਦੀਆਂ ਨੇ। ਇਹਨਾਂ ਨੂੰ ਹੁਣ ਬਾਜਰੇ ਦੇ ਨਾਲ ਧਨੀਆ ਵੀ ਪਾਇਆ ਕਰਨਾ ਰੋਜ਼ ਹੀ। ਬਰਤਨ ਸ਼ਰਤਨ ਧੋ ਕੇ ਨਾ ਇਹਨਾਂ ਦਾ ਦਾਣਾ ਪਾਣੀ, ਖੁਰਾਕ ਇਹਨਾਂ ਦੀ ਪਾ ਦਿੱਤੀ ਆ, ਖਾਣਾ ਪਾ ਦਿੱਤਾ ਵਾ, ਅਤੇ ਮਿੱਠੂ ਨੂੰ ਅੱਜ ਪਤਾ ਨਹੀਂ ਕੀ ਹੋਇਆ, ਜਦੋਂ ਮੈਂ ਮਟਰ ਕੱਢਣ ਦਿਆ ਸੀਗਾ ਅਤੇ ਭੱਜਿਆ ਆਇਆ ਇੱਥੇ ਨੁੱਕਰ 'ਚ ਆ ਗਿਆ ਨਾ, ਅਤੇ ਪਿਆਲੀ ਨੂੰ ਬੜੇ ਗੌਰ ਨਾਲ ਦੇਖਣ ਦਿਆ ਸੀਗਾ, ਮੈਂ ਕਿਹਾ ਇਹਨੂੰ ਪਤਾ ਲੱਗ ਗਿਆ ਕਿ ਇਹਦੇ ਖਾਣੇ ਦਾ ਟਾਈਮ ਹੋ ਗਿਆ। ਮੀਆਂ ਮਿੱਠੂ ਮਟਰ ਖਾਣੀ, ਤੈਨੂੰ ਮੈਂ ਮਟਰ ਅਤੇ ਹਰੀਆਂ ਮਿਰਚਾਂ ਖਵਾ ਖਵਾ ਨਾ ਸਦਾਈ ਕਰ ਦੇਣਾ। ਮੀਆਂ ਮਿੱਠੂ ਐਲ ਐ ਮਟ, ਅੱਜ ਇਹਨੂੰ ਮਟਰ ਹਰੀ ਮਿਰਚ ਅਤੇ ਨਾਲ ਪਾ ਦਿੱਤਾ ਵਾ ਧਨੀਆ, ਅੱਜ ਇਹਦਾ ਸੁਬਹਾ ਦਾ ਨਾਸ਼ਤਾ। ਚੱਲ ਮੇਰਾ ਪੁੱਤ ਖਾ ਲੈ, ਐਡਾ ਮੈਂ ਨਹੀਂ ਉਹਦਾ, ਮੇਰਾ ਵੀ ਨਹੀਂ ਜਿੱਡਾ ਤੂੰ ਤਗੜਾ ਰੱਖਿਆ। ਟਮਾਟਰ ਹਜੇ ਹੈ ਵਾ ਠੀਕ ਆ, ਰਾਤੀ ਪਾਇਆ ਸੀਗਾ ਟਮਾਟਰ, ਠੀਕ ਆ, ਇਹਨੇ 2-4 ਦੰਦ ਮਾਰੇ ਨੇ, ਅਤੇ ਇਹਨੂੰ ਪਿਆ ਰਹਿਣ ਦਿੰਦੇ ਹਾਂ ਅਜੇ ਵਿੱਚ ਹੀ। ਮੀਆਂ ਮਿੱਠੂ ਆਏ, ਮੀਆਂ ਮਿੱਠੂ ਜਿੱਦਾਂ ਸੁਬਹਾ ਸੁਬਹਾ ਆਵਾਜ਼ਾਂ ਕੱਢ ਰਿਹਾ ਹੁੰਦਾ, ਉੱਦਾਂ ਬੋਲ, ਮੇਰੇ ਵਿਊਵਰਸ ਨੂੰ ਵੀ ਪਤਾ ਲੱਗੇ ਕਿ ਭਾਈ ਨਹੀਂ ਬੋਲਦਾ ਵਾ। ਚੱਲ ਫਿਰ ਖਾ ਤੂੰ, ਮਿੱਠੂ ਵਾਲਾ ਤਾਂ ਹੋ ਗਿਆ, ਇਹਨੂੰ ਬੰਦ ਕਰਾਂ ਮੈਂ, ਇੱਕ ਹੱਥ ਨਾਲ ਇਹਨੂੰ ਬੰਦ ਕਰਨਾ ਵੀ ਬੜਾ ਔਖਾ, ਚਲੋ ਇਹਨੂੰ ਬਾਅਦ 'ਚੋਂ ਬੰਦ ਕਰ ਲਿਆਂਗਾ। ਇੱਕ ਦਿਨ ਮੇਰੇ ਕੋਲ ਖੁੱਲ੍ਹਾ ਹੀ ਰਹਿ ਗਿਆ, ਉਹ ਤਾਂ ਦਿਨ ਚੜਿਆ ਘਰਦਿਆਂ ਨੇ ਵੇਖਿਆ ਵੀ ਇਹ ਤਾਂ ਖੁੱਲ੍ਹਾ ਵਾ। ਚਲੋ ਜੀ ਚਿੜੀਓ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਚਲੋ ਵੀ ਤੁਹਾਡਾ ਦਾਣਾ ਆ ਗਿਆ, ਖਾਓ ਪੀਓ, ਆ ਪਾਣੀ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਤੁਹਾਡਾ ਵੀ ਖਾਣਾ ਆ ਗਿਆ, ਤੁਸੀਂ ਵੀ ਖਾਓ ਪੀਓ। ਉਹ ਤੀਸਰੀ ਨੇ ਪਤਾ ਹੀ ਕੀਤਾ, ਉਹ ਜਿਹੜਾ ਪਾਇਆ ਸੀ ਨਾ ਇਹਦੇ ਵਿੱਚ, ਉਹਨੇ ਕੱਢ ਕੱਢ ਕੇ ਬਾਹਰ ਸੁੱਟ ਕੇ ਜਿੰਨੀ ਕੁ ਨਾਰਮਲ ਉਹਨੂੰ ਚਾਹੀਦੀ ਸੀ ਉੱਨੀ ਕੁ ਉਹਨੇ ਅੰਦਰ ਜਗ੍ਹਾ ਬਣਾ ਲਈ ਆ, ਅਤੇ ਹੁਣ ਉਹ ਦੇਖੋ ਮਾਸ਼ਾਅੱਲਾ ਅੰਦਰ ਆਰਾਮ ਨਾਲ ਬੈਠੀ ਆ। ਉੱਤੋਂ ਮੈਂ ਬੰਦ ਕਰਤਾ ਸੀ, ਮੈਨੂੰ ਕਹਿੰਦੇ ਸੀ ਇਹਨਾਂ ਨੂੰ ਉੱਤੋਂ ਬੰਦ ਕਰੋ, ਇਹਨਾਂ ਨੂੰ ਦੇਖਿਆ ਨਾ ਕਰੋ, ਫਿਰ ਇਹਨਾਂ ਨੇ ਆਂਡੇ ਦੇਣੇ ਆ। ਉਹ ਮਾਸ਼ਾਅੱਲਾ ਬਾਹਰ ਆ ਗਈ ਜੇ, ਉਹ ਵੀ ਉਹ ਫਿਰ ਚਲ ਗਈ ਅੰਦਰ।
ਹਾਸੀਆਂ ਖੇਡੀਆਂ ਕਰਨ ਆਈ ਸੀ ਬਾਹਰ, ਉਹ ਕਰਕੇ ਫਿਰ ਚਲ ਗਈ ਉੱਧਰ। ਹੁਣ ਇਹਨਾਂ ਨੂੰ ਧਣੀਆਂ ਇਹਨਾਂ ਨੂੰ ਵੀ ਪਾਇਆ ਕਿ ਇਹ ਬੜੇ ਸ਼ੌਕ ਨਾਲ ਖਾਂਦੀਆਂ ਨੇ ਧਣੀਆਂ। ਉਹ ਦੇਖੋ ਤੋਤਾ ਵੀ ਧਣੀਆਂ ਖਾਣ ਦਿਆ ਹੈ। ਠੀਕ ਆ, ਇਹਨਾਂ ਦਾ ਖਾਣਾ ਪਾਣੀ ਇਹਨਾਂ ਨੂੰ ਪਾ ਦਿੱਤਾ ਵਾ, ਹੁਣ ਮੈਂ ਚਲ ਜਾਣਾ ਵਾ ਮੰਡੀ, ਹੁਣ ਤੁਹਾਨੂੰ ਮੰਡੀ ਜਾ ਕੇ ਮਿਲਾਂਗੇ। ਫਾਈਨਲੀ ਜੀ ਅਸੀਂ ਮੰਡੀ ਆ ਗਏ ਹਾਂ, ਅਤੇ ਆ ਬੱਕਰੇ ਉਸਤਾਦ ਹੁਣੀ ਲੱਦਣ ਦੇ ਲੈ ਕੇ ਚੱਲੇ ਨੇ, 20 ਬੱਕਰੇ ਲੱਦਣੇ ਇਹ 'ਚ। ਥੋੜ੍ਹਾ ਜਿਹਾ ਲੇਟ ਹੋ ਗਿਆ ਉਹਨੇ ਲੱਦ ਰਹੇ ਟਾਈਮ ਨਾਲ। ਇੱਧਰੋਂ ਲੈ ਕੇ ਅਤੇ ਇੱਧਰ ਟੋਟਲ 28 ਵਿੱਚ ਨੇ, ਇੱਕ ਰਸ਼ਕਾ ਚਲਾ ਗਿਆ ਅਤੇ 20 ਇਹ 'ਚ ਪਾ ਕੇ ਭੇਜਣੇ ਆ। ਆ ਉਸਤਾਦ ਨੂੰ ਤਾਂ ਤੁਸੀਂ ਪਹਿਚਾਣਦੇ ਹੋਣੇ ਹੋ, ਇਹਨਾਂ ਨੇ ਵੇਚੇ ਸਾਰੇ। ਇਹਦਾ ਨਹੀਂ ਜੇ ਦਿਲ ਲੈ ਜਾਣ ਦਾ, ਉਹਦੀ ਕੋਈ ਸਲਾਹ ਨਹੀਂ ਚਕੌੜੀ ਚੜ੍ਹਨ ਦੀ। ਚੱਲ ਵੀ ਚੱਲ, ਇਹ ਸਾਰੇ ਇਹ 'ਚ ਪੂਰੇ ਹੋ ਜਾਣੇ, 20 ਆ ਜਾਣੇ ਇਹ 'ਚ। ਅੱਛਾ ਜੀ, ਚੱਲ ਬਈ ਆ ਗਿਆ ਜੀ, ਆ ਵੀ ਆ ਤੂੰ ਵੀ ਆ। ਚਲੋ ਕਿੰਨੇ ਹੋ ਗਏ, 18 ਤੇ ਆ 19 ਵਾ। ਹੁਣ ਅੱਗੇ ਜਾ ਕੇ ਸਿੱਧੇ ਪੱਧਰੇ ਕਰਨੇ ਹੋ ਗਿਆ ਜੀ। ਇਹ ਲੱਤਾਂ ਵੀ ਪੂਰੀਆਂ ਆਉਂਦੀਆਂ ਹੋਣੀਆਂ ਚੰਗੇ ਨਹੀਂ ਕਿ ਇੱਕ ਦੂਜੇ ਦੇ ਉੱਤੇ ਲੰਮਾ ਪੈ ਕੇ ਜਾਣਾ। ਇਹ ਮੈਨੂੰ ਲੱਗ ਰਿਹਾ ਇੱਕ ਦੂਸਰੇ ਦੇ ਉੱਤੇ ਲੰਮੇ ਪੈ ਕੇ ਜਾਣਗੇ, ਇੱਦਾਂ ਨਹੀਂ ਜਾਂਦੇ। ਚਲੋ ਜੀ ਆ ਗਿਆ ਜੀ, ਆਖਰੀ ਤੇ ਮਾੜੂ ਜਿਹਾ ਹੀ ਹੈ। ਫਸਾ ਤਾਂ ਦਿੱਤੇ ਉਸਤਾਦ ਹੋਣਾਂ ਨੇ ਸਾਰੇ। ਚਲੋ ਚਲੋ ਚਲੋ, ਬਣ ਗਈ ਜਗ੍ਹਾ, ਇੱਥੇ ਫਸ ਜਾਣਾ ਜਿੰਨੀ ਕਿਹਦੀ ਸਿਹਤ ਨਾ, ਇਹਨੇ ਫਸ ਜਾਣਾ ਇੱਥੇ ਕ ਹੈ। ਅੱਛਾ ਇਹਦੇ ਥੱਲੇ ਵੀ ਹੈ ਵਾ, ਖਾਲੀ ਜਗ੍ਹਾ ਉਹਦੀ ਨਹੀਂ ਬਣੀ, ਉਹਦੇ ਥੱਲੇ ਵੀ ਇੱਕ ਬੈਠਾ। ਚੱਲ ਖੜਾ ਹੋ ਜਾ, ਖੜਾ ਹੋ ਜਾ। ਲੱਤ, ਚਲੋ ਕਹਿੰਦੇ ਵੇਖੀ ਜਾਇਆ ਕਿ ਸੁੱਟੋ ਰੱਖੋ ਵਿੱਚ, ਬਸ ਗਈ ਲੋ। ਹੁਣ ਇੱਕ ਵਾਰੀ ਰਸ਼ਕਾ ਤੁਰ ਗਿਆ ਤੇ ਪਹੁੰਚੀਆਂ ਲੋ, 20 ਜਾਨਵਰ ਲੱਦ ਛੱਡੇ ਆ ਐਡੇ ਕੁ ਰਸ਼ਕੇ 'ਚ, ਚੈੱਕ ਕਰ ਲਓ ਫਿਰ 'ਚ। ਠੀਕ ਬੈਠਾ ਤਾਂ ਕੋਈ ਨਹੀਂ।
ਬਸ ਹੁਣ ਦੁਆ ਕਰੋ ਅੱਲਾ ਖੈਰ ਕਰੇ ਸਹੀ ਸਲਾਮਤ ਪਹੁੰਚ ਜਾਣ, ਅੱਲਾ ਖੈਰ ਕਰੇਗਾ। ਜਾਣੀਆਂ ਤਾਂ ਲੱਗ ਗਈ, ਜਾਣਾ ਜਾਣੇ ਤਾਂ ਲੱਗ ਗਏ ਨੇ ਇੱਥੇ, ਅੱਲਾ ਖੈਰ ਕਰੇ ਬਸ ਪਹੁੰਚ ਜਾਣਗੇ। 15-20 ਮਿੰਟ ਇਹਨਾਂ ਨੇ ਕੱਢ ਲਿਆ ਟਾਈਮ, ਤਾਂ ਸਮਝ ਲਿਓ ਪਹੁੰਚ ਗਏ। ਕਈ ਵਾਰ ਰਹਿ ਗਏ ਥੱਲੇ, ਚੁੱਕ ਚੁੱਕ ਤਾਂ ਕਰਨੇ ਪੈਣਦੇ ਕਿ ਭਾਈ ਤਾਂ ਨਿਕਲੋ, ਸਾਹ ਨਹੀਂ ਲੈਣਾ। ਇੱਕ ਆਹ ਵਾੜਾ ਅਤੇ ਇੱਕ ਆਹ ਵਾੜਾ ਅਗਲਾ, ਇਹ ਦੋਵੇਂ ਹੋ ਗਏ ਖਾਲੀ। ਟੋਟਲ 28 ਜਾਨਵਰ ਇੱਥੋਂ ਕੱਢ ਕੇ ਇਹਨਾਂ ਨੇ ਵੇਚਤੇ ਆ, ਅੱਜ ਆਉਂਦੇ ਆ ਜਿਹੜੇ ਅਗਲੇ ਬਾਮ ਲੈ ਕੇ ਤੁਰ ਪਈ। ਮੰਡੀ 'ਚ ਅੱਜ ਕਰਨ ਲਈ ਕੁਛ ਵੀ ਨਹੀਂ ਸੀਗਾ, ਸੁਬਾਹ ਉੱਥੇ ਜਿਹੜੇ ਤੁਹਾਨੂੰ ਜਾਨਵਰ ਦਿਖਾਏ ਉਹ ਹੀ ਸੀਗੇ। ਉਸ ਤੋਂ ਬਾਅਦ ਅਸੀਂ ਦਫ਼ਤਰ ਜਾ ਕੇ ਸੁੱਤੇ ਰਹੇ ਹਾਂ, ਮੈਂ ਅਤੇ ਸ਼ਬੀਰ ਭਾਈ। ਹੁਣ ਉੱਠੇ ਹਾਂ ਅਤੇ ਘਰ ਨੂੰ ਚੱਲ ਚੱਲੇ ਹਾਂ, ਗੱਡੀ 'ਚ ਬੈਠੇ ਹਾਂ, ਇੱਥੇ ਬਸ ਦਫ਼ਤਰ ਰੁਕੇ ਹਾਂ ਅਤੇ ਇੱਥੋਂ ਹੁਣ ਸਿੱਧੇ ਘਰ ਚੱਲ ਜਾਣਾ। ਕੱਲ੍ਹ ਬਹੁਤ ਦਾ ਮੰਡੀ ਲੱਗਣੀ ਆ ਕੱਲ੍ਹ, ਅੱਜ ਲੋਕ ਜਾਨਵਰ ਲੈ ਕੇ ਆ ਜਾਣਗੇ, ਕੱਲ੍ਹ ਨੂੰ ਫਿਰ ਮੰਡੀ ਲੱਗੇਗੀ। ਮਤਲਬ ਕਿ ਕੁਛ ਲੋਕ ਲੈ ਕੇ ਆ ਗਏ ਆ, ਕੁਛ ਲੈ ਕੇ ਆ ਰਹੇ ਆ, ਰਾਤ ਤੱਕ ਲੋਕਾਂ ਨੇ ਆਉਂਦੇ ਰਹਿਣਾ ਅੱਜ ਆਪਣੇ ਆਪਣੇ ਜਾਨਵਰ ਲੈ ਕੇ ਅਤੇ ਕੱਲ੍ਹ ਨੂੰ ਫਿਰ ਵੇਚਣਗੇ। ਫਾਈਨਲੀ ਘਰ ਵਾਪਸ ਆ ਗਏ ਹਾਂ ਅਸੀਂ, ਅਤੇ ਸ਼ਾਮ ਤਾਂ ਆ ਗਈ ਆ। ਰਾਣਾ ਆਇਆ ਤੋਤੇ ਵੇਖਣ, ਇਹਨੂੰ ਤੋਤੇ ਵਿਖਾ ਕੇ ਆਉਂਦਾ, ਅਮਰੂਦ ਲੈ ਕੇ ਆਇਆ ਸੀਗਾ ਮੈਂ, ਇੱਕ ਸੁੱਟਿਆ ਆਇਆ ਤੇ ਡੱਬੇ 'ਚ ਅਤੇ ਇੱਕ ਇਹਨਾਂ ਕੋਲ ਸੁੱਟਿਆ ਜੇ ਖਾ ਲੈਣਗੀਆਂ। ਅਤੇ ਮੇਰੇ ਹਿਸਾਬ ਨਾਲ ਅੱਜ ਦਾ ਅੱਜ ਦੇ ਵਾਸਤੇ ਇੰਨਾ ਹੀ ਬਹੁਤ ਆ, ਲਿਹਾਜ਼ਾ ਮੈਨੂੰ ਦਿਓ ਇਜਾਜ਼ਤ। ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।